ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਿਆਲਾਂ 'ਚ ਆਉਂਦੀਆਂ ਨੇ, ਪਰ ਪਸ਼ੂਆਂ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਆਉਂਦੀਆਂ ਨੇ, ਸਪੈਸ਼ਲੀ ਛੋਟੇ ਜਾਨਵਰ। ਜਦੋਂ ਅੱਜ ਜਾਂ ਗਾਂ ਸੁਣਦੀ ਹੈ, ਸਭ ਤੋਂ ਪਹਿਲਾ ਪੁਆਇੰਟ ਹੁੰਦਾ ਵੀ ਆਪਾਂ ਸੁਣ ਤੋਂ ਬਾਅਦ ਉਹਦਾ ਨਾੜੂਆ ਕੱਟਣਾ ਹੁੰਦਾ। ਉਹ ਮੋਸਟਲੀ ਕੀ ਕਹਿੰਦੇ, ਸਾਡੇ ਕੋਲ ਜੋ ਚੀਜ਼ ਅਵੇਲੇਬਲ ਖੂਹ 'ਤੇ ਹੁੰਦੀ ਆਪਾਂ ਉਹ ਯੂਜ਼ ਕਰ ਲੈਂਦੇ, ਚਾਹੇ ਦਾਤੀ ਹੋਵੇ ਚਾਹੇ ਕੋਈ ਪੁਰਾਣਾ ਰੰਬਾ ਹੋਵੇ। ਪ੍ਰੋਬਲਮ ਬਾਅਦ 'ਚ ਕੀ ਆਉਂਦੀ ਆ ਵੀ ਕਈ ਵਾਰ ਉਹਦੀ ਇਨਫੈਕਸ਼ਨ ਹੋ ਜਾਂਦੀ, ਉਹ ਐਡਾ ਸੁੱਜ ਜਾਂਦਾ ਕਿ ਮਲੱਪਾਂ ਦੀ ਦਵਾਈ ਉਹਨੂੰ ਜਦੋਂ ਹਫ਼ਤੇ ਦਾ ਹੋ ਜਾਏ ਉਦੋਂ ਦੇ ਦਿਓ। ਡਿਵਾਰਮਿੰਗ ਕਰਨੀ ਜ਼ਰੂਰੀ ਆ? ਬਿਲਕੁਲ ਜ਼ਰੂਰੀ ਹੈ। ਨਰਲੇ ਜਿਹੜੇ ਕੀੜੇ ਹੀ ਉਹਦਾ ਖੂਨ ਪੀ ਗਏ ਤੇ ਉਹਦੀ ਬਾਡੀ ਵੀ ਡਾਊਨ ਜਾਊਗੀ, ਦੁੱਧ ਦੀ ਪ੍ਰੋਡਕਸ਼ਨ ਵੀ ਘਟੂਗੀ, ਉਹ ਸਾਰਾ ਜ਼ੋਰ ਮੇਨਟੇਨ ਰਹਿੰਦਾ। ਪਰ ਮੰਨ ਲਓ ਜੇ ਫਿਰ ਵੀ ਬਹਿ ਗਿਆ, ਹੁਣ ਬੈਠੇ ਪਸ਼ੂ ਦਾ ਕੀ ਕਰੀਏ? ਦੇਖੋ, ਉਹਦੇ ਆਪਾਂ ਜੇ ਅਣਗਹਿਲੀ ਕੀਤੀ ਤੇ ਉਹ ਬਹਿ ਗਿਆ। ਸਤਿ ਸ਼੍ਰੀ ਅਕਾਲ ਜੀ, ਪੀ ਆਰ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਆ। ਤੇ ਸਰਦੀਆਂ, ਸਿਆਲ ਦੀ ਰੁੱਤ ਸ਼ੁਰੂ ਹੋ ਚੁੱਕੀ ਆ, ਤੇ ਸਿਆਲਾਂ ਦੇ ਵਿੱਚ ਡੇਅਰੀ ਫਾਰਮਰ ਜਿਹੜੇ ਹੁੰਦੇ ਆ, ਪਸ਼ੂ ਪਾਲਕ ਜਿਹੜੇ ਨੇ, ਉਹਨਾਂ ਨੂੰ ਕੁਛ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਉਹ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਿਆਲਾਂ 'ਚ ਆਉਂਦੀਆਂ ਨੇ, ਆਪਾਂ ਉਹਦੇ ਬਾਰੇ ਗੱਲਬਾਤ ਕਰਦੇ। ਬਹੁਤ ਧਿਆਨ ਨਾਲ ਵੀਡੀਓ ਨੂੰ ਦੇਖਿਓ ਤੇ ਇਹਦੇ ਵਿੱਚ ਤੁਹਾਡੇ ਨੋਟ ਕਰਨ ਲਈ ਬਹੁਤ ਕੰਮ ਦੀਆਂ ਗੱਲਾਂ ਹੋਣਗੀਆਂ। ਸਾਡੇ ਨਾਲ ਰਿਟਾਇਰਡ ਸੀਨੀਅਰ ਵੈਟਨਰੀ ਆਫਿਸਰ ਨੇ, ਡਾਕਟਰ ਰਾਜੀਵ ਦੁੱਗਲ ਜੀ, ਪਿੰਡੇ ਬਿਲਗਾ ਆ ਜੀ, ਜ਼ਿਲ੍ਹਾ ਜਲੰਧਰ। ਬਹੁਤ ਬਹੁਤ ਸਵਾਗਤ ਹੈ ਜੀ। ਭਾਈ ਤਲਵਿੰਦਰ ਸਿੰਘ ਜੀ ਵੀ ਨਾਲ ਨੇ, ਜਿਨ੍ਹਾਂ ਦੇ ਆਪਾਂ ਫਾਰਮ 'ਤੇ ਇਸ ਵੇਲੇ ਖੜ੍ਹੇ ਹਾਂ, ਡੇਅਰੀ ਫਾਰਮ ਖੂਹ 'ਤੇ ਖੜ੍ਹੇ ਹਾਂ ਇਹਨਾਂ ਦੇ। ਇਹ ਇੱਕ ਸਫਲ ਡੇਅਰੀ ਫਾਰਮਰ ਵੀ ਨੇ। ਤੋ ਆਪਾਂ ਗੱਲਬਾਤ ਇੱਥੋਂ ਸ਼ੁਰੂ ਕਰਨ ਲੱਗੇ ਹਾਂ। ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਡਾਕਟਰ ਸਾਹਿਬ, ਸਰਦੀਆਂ ਆ ਸ਼ੁਰੂ ਹੋ ਗਈਆਂ, ਰੁੱਤ ਬਦਲ ਗਈ, ਸਰਦੀਆਂ ਦਾ ਸੀਜ਼ਨ ਬਹੁਤਾ ਲੰਬਾ ਨਹੀਂ ਹੁੰਦਾ, ਪਰ ਪਸ਼ੂਆਂ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਆਉਂਦੀਆਂ, ਸਪੈਸ਼ਲੀ ਛੋਟੇ ਜਾਨਵਰਾਂ ਨੂੰ, ਕੱਟੂਆਂ ਬੱਛੂਆਂ ਨੂੰ ਜਾਂ ਕਹਿ ਲਓ ਕੱਟੀਆਂ ਬੱਛੀਆਂ ਨੂੰ ਆਉਂਦੀਆਂ ਆ। ਅਤੇ ਸਿਆਲਾਂ ਦੇ ਵਿੱਚ ਜਿਹੜੀ ਸਮੱਸਿਆ ਆ ਉਹ ਕਿਹੜੀਆਂ ਕਿਹੜੀਆਂ ਜ਼ਿਆਦਾ ਆਉਂਦੀਆਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਕੱਟੂਆਂ ਬੱਛੀਆਂ ਤੁਸੀਂ ਗੱਲ ਕੀਤੀ ਆ, ਉਹਦੇ 'ਚ ਚਾਰ ਪੁਆਇੰਟ ਤਾਂ ਮੈਂ ਤੁਹਾਨੂੰ ਪਹਿਲਾਂ ਬੇਸਿਕਲੀ ਦੱਸਣੇ ਚਾਹੁੰਦਾ ਐਜ਼ ਏ ਬੇਸਿਕ ਫਾਰਮਰ ਲਈ, ਵੀ ਜਦੋਂ ਅੱਜ ਜਾਂ ਗਾਂ ਸੁਣਦੀ ਹੈ, ਸਭ ਤੋਂ ਪਹਿਲਾ ਪੁਆਇੰਟ ਹੁੰਦਾ ਵੀ ਆਪਾਂ ਸੁਣ ਤੋਂ ਬਾਅਦ ਉਹਦਾ ਨਾੜੂਆ ਕੱਟਣਾ ਹੁੰਦਾ। ਉਹ ਮੋਸਟਲੀ ਕੀ ਕਹਿੰਦੇ, ਸਾਡੇ ਕੋਲ ਜੋ ਚੀਜ਼ ਅਵੇਲੇਬਲ ਖੂਹ 'ਤੇ ਹੁੰਦੀ ਆਪਾਂ ਉਹ ਯੂਜ਼ ਕਰ ਲੈਂਦੇ, ਚਾਹੇ ਦਾਤੀ ਹੋਵੇ ਚਾਹੇ ਕੋਈ ਪੁਰਾਣਾ ਰੰਬਾ ਹੋਵੇ, ਇੱਦਾਂ ਦੀਆਂ ਹਾਂ ਪੁਰਾਣੇ ਜੋ ਵੀ ਐਮਰਜੈਂਸੀ 'ਚ ਅਸੀਂ ਉਹੀ ਯੂਜ਼ ਕਰਦੇ ਹਾਂ। ਉਹਦੇ ਨਾਲ ਸਾਨੂੰ ਪ੍ਰੋਬਲਮ ਬਾਅਦ 'ਚ ਕੀ ਆਉਂਦੀ ਆ ਵੀ ਕਈ ਵਾਰ ਉਹਦੀ ਇਨਫੈਕਸ਼ਨ ਹੋ ਜਾਂਦੀ, ਉਹ ਐਡਾ ਸੁੱਜ ਜਾਂਦਾ। ਉਹਦੇ ਲਈ ਇੱਕ ਪੁਆਇੰਟ ਰੱਖੋ ਵੀ ਇੱਕ ਨਵਾਂ ਬਲੇਡ ਜਾਂ ਸਾਫ਼ ਸੁਥਰੀ ਜੀ ਖੂਹ 'ਤੇ ਜ਼ਰੂਰ ਰੱਖੋ ਜਦੋਂ ਕੋਈ ਡੰਗਰ ਸੂਣ ਵਾਲਾ ਹੈਗਾ। ਜਿਹੜਾ ਡੈਰੀ ਫਾਰਮਰ ਨਹੀਂ, ਜਿਹੜਾ ਡੈਰੀ ਫਾਰਮਰ ਆ ਉਹਦੇ ਸੂਣਦਾ ਹੀ ਰਹਿਣਾ ਕੋਈ ਨਾ ਕੋਈ ਹੋਰ 15 ਦਿਨਾਂ ਬਾਅਦ, ਮਹੀਨੇ ਬਾਅਦ ਰੈਗੂਲਰ ਇਹ ਹੋਣੀ ਆ। ਇਸ ਕਰਕੇ ਉਹਨਾਂ ਨੂੰ ਕੈਂਚੀ ਰੱਖ ਲਏ ਸਾਫ਼, ਜਾਂ ਜੇ ਤੁਹਾਡੇ ਕੋਈ ਚਾਕੂ ਵੀ ਆ ਜਾਂ ਕੁਛ, ਉਹਨੂੰ ਬੋਇਲ ਕਰ ਲਓ 10 ਮਿੰਟ। ਹਾਂ, ਇਹ ਹੋ ਸਕਦਾ ਬੇਸਿਕ, ਮਤਲਬ ਮਿਨੀਮਮ ਇੰਨਾ ਜ਼ਰੂਰ ਆ। ਜੇ ਆਪਾਂ ਉਹਨੂੰ ਕੱਟੀਏ, ਕੱਟਣ ਤੋਂ ਬਾਅਦ ਫਿਰ ਉਹ 'ਤੇ ਟਿੰਕਚਰ ਆਇਓਡੀਨ ਜ਼ਰੂਰ ਰੱਖੋ, ਉਹ ਲਾ ਦਿਓ। ਕਿਹੜੀ ਚੀਜ਼? ਟਿੰਕਚਰ ਆਇਓਡੀਨ। ਅੱਛਾ ਜੀ। ਮੋਸਟਲੀ ਮਿਲ ਜਾਂਦੀ ਆ, ਪੋਵੀਡੀਨ ਦੀ ਸ਼ਕਲ 'ਚ ਵੀ ਆਉਂਦੀ ਆ, ਉਹ ਬੀਟਾਡੀਨ ਦੀ ਸ਼ਕਲ 'ਚ ਵੀ ਆਉਂਦੀ ਆ, ਬੇਸਿਕਲੀ ਟਿੰਕਚਰ ਆਇਓਡੀਨ ਹੁੰਦੀ ਉਹ ਲਾ ਕੇ ਜਦੋਂ ਆਪਾਂ ਲਗਾ ਦਿੰਦੇ ਉਹ 'ਤੇ, ਜਦੋਂ ਆਪਾਂ ਕੱਟ ਦਿੰਦੇ ਫਿਰ ਇਨਫੈਕਸ਼ਨ ਦੇ ਚਾਂਸਿਸ ਸਾਡੇ ਜ਼ੀਰੋ ਹੀ ਹੋ ਜਾਂਦੇ ਲਗਭਗ। ਇਨਫੈਕਸ਼ਨ ਨਹੀਂ ਹੋਊ। ਅੱਛਾ, ਸਰਦੀਆਂ ਦੀਆਂ ਸਮੱਸਿਆਵਾਂ ਦੀ ਜਿਹੜੀ ਜੜ ਆ ਉਹ ਪਹਿਲਾਂ ਤਾਂ ਇਨਫੈਕਸ਼ਨ 'ਤੇ ਤੁਸੀਂ ਕਹਿੰਦੇ ਬੇਸਿਕਲੀ ਇਹ ਹੈਗੀ ਨਾ। ਅੱਛਾ, ਕੱਟੂ ਬੱਛੂ ਜੰਮਿਆ ਹੀ ਆ, ਪਹਿਲੀ ਇਨਫੈਕਸ਼ਨ ਤੁਸੀਂ ਇੱਥੋਂ ਨੇਵਲ ਇਨਫੈਕਸ਼ਨ ਉੱਦਾਂ ਕਹਿੰਦੇ ਜਾਂ ਨਾੜੂਏ ਨੂੰ ਕੱਟ ਕੇ, ਉਦੋਂ ਬਹੁਤ ਹੀ ਅਗਾਈਆਂ ਦੀ ਹੋ ਜਾਂਦੀ ਆ। ਉਹ ਮਿੱਟੀ ਨਾਲ ਫਿਰ
ਲੱਗਦਾ ਰਹਿੰਦਾ ਤਾਂ ਇਨਫੈਕਸ਼ਨ ਹੋ ਜਾਂਦੀ ਹੈ। ਇਹਨੂੰ ਪਹਿਲਾਂ ਫਸਟ ਤਾਂ ਇਹਨੂੰ ਕਰਵ ਕਰੋ। ਦੂਸਰੀ ਚੀਜ਼ ਆ ਗਈ ਆ ਆਪਣੇ ਵੀ ਉਹਨੂੰ ਦਸੂਨ ਤੋਂ ਉਹਨੂੰ ਇੱਕ ਘੰਟਾ ਦੇ ਬਾਅਦ ਬੋਲੀ ਜ਼ਰੂਰ ਪਿਲਾਓ। ਠੀਕ ਹੈ। ਉਹ ਕਿਉਂ ਪਿਲਾਓ? ਦੇਖੋ ਬੋਲੀ ਜਿਹੜੀ ਰੱਬ ਨੇ ਦਿੱਤੀ ਆ ਨਾ, 4-5 ਦਿਨ ਹੀ ਆਉਣੀ ਆ, ਉਹਦਾ ਸਾਰਾ ਕੁਛ ਤੱਤ ਉਹ 'ਚ ਮੈਕਸੀਮਮ ਹੈਗੇ ਆ। ਗਾੜੀ ਵੀ ਉਸੇ ਕਰਕੇ ਹੁੰਦੀ ਹੈ ਵੀ ਸਾਰੀ ਕੰਸਨਟ੍ਰੇਟਡ ਜਿਹੜੀ ਉਹਨੂੰ ਫੀਡ ਚਾਹੀਦੀ ਆ ਬੱਚੇ ਨੂੰ ਅਗਾਂਹ ਲਈ, ਉਹਨੂੰ ਰੱਬ ਨੇ ਉਹ ਬਣਾ ਕੇ ਦਿੱਤੀ ਅਤੇ ਉਹ ਉਹਨੂੰ ਸਫੀਸ਼ੈਂਟ ਮਾਤਰਾ 'ਚ ਦਿਓ। ਕਿਉਂ ਦਿਓ? ਕਿਉਂਕਿ ਇਹ ਇਹਦੇ ਮਹੀਨੇ 2 ਮਹੀਨੇ ਸਰਦੀਆਂ 'ਚ ਇਹੀ ਕੰਮ ਆਉਣੀ ਹੈ। ਬੇਸਿਕ ਐਨਰਜੀ ਇਹ ਦਿੰਦਾ, ਤੁਹਾਨੂੰ ਹੋਰ ਕੁਛ ਦੇਣ ਦੀ ਲੋੜ ਨਹੀਂ। ਬੋਲੀ ਤਾਂ ਕਈ ਵਾਰੀ ਇੱਦਾਂ ਵੀ ਹੁੰਦਾ ਆ ਨਾ ਕਿ ਜਿਹੜੇ ਪਸ਼ੂ ਹੈ ਜਿਹੜੇ ਆਪਾਂ ਦਿੰਦੇ ਜ਼ਿਆਦਾ ਦਿੰਦੇ ਹਾਂ, ਜਿੱਦਾਂ ਤੁਸੀਂ ਗੱਲਬਾਤ ਕਰਦੇ ਜ਼ਿਕਰ ਕਰਦੇ ਵੀ ਕਈ ਵਾਰੀ ਮੋਕ ਲੱਗ ਜਾਂਦੀ ਆ ਬੱਚੇ ਨੂੰ, ਫਿਰ ਉਹ ਪ੍ਰੋਬਲਮ। ਇਸ ਤੋਂ ਬਾਅਦ ਦੇਖੋ ਜੇ ਤੁਸੀਂ ਸਫੀਸ਼ੈਂਟ ਦਿੱਤੀ ਆ ਤਾਂ ਥੋੜ੍ਹੀ ਬਹੁਤੀ ਲੱਗੂਗੀ, ਉਹਦੇ ਲਈ ਇਹ ਨੈਚੁਰਲ ਵੀ ਆ। ਉਹਦੇ ਲਈ ਅਸੀਂ ਪਹਿਲੇ 3 ਦਿਨ ਉਹਨੂੰ ਮੋਕ ਦੀ ਦਵਾਈ ਵੀ ਦੇਣੀ ਹੈ। ਅੱਛਾ, ਇਹ ਵੀ ਨਾਲ ਦੀ ਦਵਾਈ ਉਹਨੂੰ ਪਹਿਲੇ 3 ਦਿਨ ਦੇਣੀ ਆ। ਓ ਠੀਕ ਹੈ, ਠੀਕ ਹੈ। ਤਾਂ ਕਿ ਜਿਹੜੀਆਂ ਉਹ ਵਾਈਟ ਕਈ ਵਾਰ ਫੀਕਲ ਮੈਟਰ ਕਰਦਾ ਜਾਂ ਵਾਈਟ ਕਲਰ ਦਾ ਕਰਦਾ, ਉਹ ਜਦੋਂ ਜ਼ਿਆਦਾ ਆਪਾਂ ਪਿਲਾ ਦਿੰਦੇ ਹਾਂ, ਕਈ ਵਾਰ ਜ਼ਿਆਦਾ ਦੁੱਧ ਪਿਲਾਉਣ ਤਾਂ ਵੀ ਉਹ ਵਾਈਟ ਕਲਰ 'ਚ ਹੀ ਕਰਦਾ। ਇਸ ਕਰਕੇ ਫਾਰਮਰ ਨੂੰ ਇਹ 2 ਚੀਜ਼ਾਂ ਬੇਸਿਕਲੀ ਆ ਵੀ 3 ਦਿਨ ਉਹਨੂੰ ਮੋਕ ਦੀ ਦਵਾਈ ਦੇਣੀ ਹੀ ਦੇਣੀ ਹੈ ਨਾਲ ਬੋਲੀ ਦੇ। ਹਾਂ, ਫਿਰ ਉਹਦਾ ਬਚਾਅ ਵੀ ਰਹਿੰਦਾ, ਮੋਕ ਨਹੀਂ ਲੱਗਦੀ। ਬੋਲੀ ਜ਼ਿਆਦਾਤਰ ਆਪਾਂ ਲਾਲਚ ਕਰਦੇ ਹਾਂ, ਮੈਨੂੰ ਵੀ ਪਸੰਦ ਆ, ਸਾਰਿਆਂ ਨੂੰ ਵੀ ਪਸੰਦ ਆ, ਆਪਾਂ ਆਪ ਖਾਂਦੇ ਹਾਂ ਜੀ। ਜਿਹੜਾ ਕੋਈ ਖਾਂਦਾ ਨਹੀਂ ਅਤੇ ਉਹ ਇਹ ਵੀ ਕਰ ਦਿੰਦਾ ਕਿ ਬੋਲੀ ਹਲਵਾਈਆਂ ਨੂੰ ਚਲੀ ਜਾਂਦੀ ਆ, ਕਿ ਜਿਹਦੇ ਤੋਂ ਕਈ ਤਰ੍ਹਾਂ ਦੀਆਂ ਮਠਿਆਈਆਂ ਜਿਹੜੀਆਂ ਉਹ ਵੀ ਤਿਆਰ ਹੋ ਜਾਂਦੀਆਂ, ਵਰਤੀਆਂ ਜਾਂਦੀਆਂ। ਅਤੇ ਬੋਲੀ ਅੱਜ ਤੁਹਾਨੂੰ ਲੱਗਦਾ ਵੀ ਇਹ ਇੱਕ ਸਾਡਾ ਲਾਲਚ ਜਿਹੜਾ ਬੋਲੀ ਨੂੰ ਨਾ ਪਿਲਾਉਣਾ ਪਸ਼ੂ ਨੂੰ, ਇਹ ਇੱਕ ਸਮੱਸਿਆ ਕਰ ਰਿਹਾ, ਸੱਚੀ ਕਰ ਰਿਹਾ? ਪਹਿਲੀ ਗੱਲ ਤਾਂ ਤੁਸੀਂ ਇੱਕ ਚੀਜ਼ ਮੰਨੋ ਵੀ ਮਾਂ ਦਾ ਦੁੱਧ ਜਿੱਦਾਂ ਬੱਚੇ ਲਈ ਜ਼ਰੂਰੀ ਆ, ਅਸੀਂ ਉਹ ਦਿੰਦੇ ਹਾਂ ਨਾ। ਜੇ ਉਹ ਨਹੀਂ ਸਫੀਸ਼ੈਂਟ ਹੁੰਦਾ, ਅਸੀਂ ਕਿੰਨੇ ਡੱਬੇ ਲਿਆ ਕੇ ਦਿੰਦੇ ਹਾਂ, ਮੁੱਲ ਲਿਆ ਕੇ ਦਿੰਦੇ ਹਾਂ, ਅਤੇ ਹੁਣ ਇਹ ਉਹਦੀ ਮਾਂ ਦਾ ਦੁੱਧ ਉਹਦੇ ਲਈ ਆ। ਜੇ ਅਸੀਂ ਉਹਨੂੰ ਹੀ ਨਹੀਂ ਦੇਣਾ ਤਾਂ ਫਿਰ ਤਾਂ ਨਾ ਇਨਸਾਫ਼ੀ ਬੱਚੇ ਲਈ ਆ ਨਾ। ਤਾਂ ਮੈਂ ਰਿਕੁਐਸਟ ਵੀ ਕਰੂੰਗਾ ਸਾਰਿਆਂ ਨੂੰ, ਇਹਦੇ 'ਚ ਕੋਈ ਨਾ ਇਨਸਾਫ਼ੀ ਕਰਨ ਦੀ ਲੋੜ ਨਹੀਂ। ਬੋਲੀ ਉਹਨੂੰ ਠੀਕ ਮਾਤਰਾ 1 ਥਾਂ ਤਾਂ ਜ਼ਰੂਰ ਦਿਓ, ਤਾਂ ਕਿ ਉਹਦਾ ਢਿੱਡ, ਕਿਉਂਕਿ ਉਹਨੇ ਖਾਣਾ ਹੋਰ ਕੁਛ ਨਹੀਂ, ਉਹਨੇ ਦੁੱਧ ਹੀ ਪੀਣਾ ਉਸ ਤੋਂ ਬਾਅਦ ਵੀ, ਜਦੋਂ ਬੋਲੀ ਤੋਂ ਬਾਅਦ ਵੀ। ਜਦੋਂ ਉਹ ਪੱਠੇ ਖਾਣ ਲੱਗਦਾ ਆਪਾਂ ਉਦੋਂ ਦੁੱਧ ਕਢਾਉਂਦੇ ਹਾਂ, ਅਦਰਵਾਈਜ਼ ਉਹਦੇ ਕੋਲ ਖੁਰਾਕ ਕਿਹੜੀ ਜਾਣੀ? ਜੇ ਅਸੀਂ ਖੁਰਾਕ ਨਾ ਦੇਵਾਂਗੇ ਫਿਰ ਉਹ ਬਹਿ ਜੂਗਾ, ਲੱਤਾਂ ਰਹਿ ਜਾਣਗੀਆਂ, ਮਾਲ ਨਿਊਟ੍ਰੀਸ਼ਨ ਹੋ ਜਾਵੇਗੀ। ਅਤੇ ਇਸ ਕਰਕੇ 4 ਦਿਨ ਤਾਂ ਹੁੰਦੀ, 4 ਦਿਨ ਬੋਲੀ ਉਹਨੂੰ ਜ਼ਰੂਰ ਦਿਓ। ਚਲੋ, ਸਰਦੀਆਂ 'ਚ ਆਪਾਂ ਇੱਧਰ ਆਉਣੇ ਬਾਅਦ ਵਿੱਚ, ਮੈਂ ਸਰਦੀਆਂ ਦੇ ਵਿੱਚ ਜਿੱਦਾਂ ਤੁਸੀਂ ਇੱਕ ਤਾਂ ਬੋਲੀ ਦੀ ਗੱਲ ਕਰ ਲਈ, ਹਾਂ, ਡਿਵਾਰਮਿੰਗ, ਬੋਲੀ ਅਤੇ ਮੋਕ ਤੋਂ ਦਵਾਈ, 3 ਚੀਜ਼ਾਂ। ਡਿਵਾਰਮਿੰਗ ਜਿਹੜੀ ਆ ਇਹ ਕਿਹੜੀ ਕਹੀ ਤੁਸੀਂ? ਕੀ ਮਲੱਪਾਂ ਦੀ ਦਵਾਈ ਉਹਨੂੰ ਜਦੋਂ ਹਫ਼ਤੇ ਦਾ ਹੋ ਜਾਏ ਉਦੋਂ ਦੇ ਦਿਓ। ਡਿਵਾਰਮਿੰਗ ਕਰਨੀ ਜ਼ਰੂਰੀ ਆ? ਬਿਲਕੁਲ ਜ਼ਰੂਰੀ ਹੈ, ਕਿਉਂਕਿ ਉਹਨੇ ਆਲੇ ਦੁਆਲੇ ਮੂੰਹ ਵੀ ਮਾਰਨਾ, ਜਦੋਂ ਪੱਠਿਆਂ 'ਚ ਮਾਰਨਾ ਤਾਂ ਕੀੜੇ ਹੀ, ਦੇਖੋ ਸਪੋਰ ਸਾਰੇ ਜਾਂ ਪੱਠਿਆਂ 'ਚ ਹੀ ਹੁੰਦੇ ਆ ਜਾਨਵਰਾਂ ਦੇ ਵੀ, ਉਹ ਪਾਣੀ ਵੀ ਚਲੇਦਾ ਹੀ ਪੀਣਾ, ਤਾਂ ਉਹਦੇ ਜਦੋਂ ਦਰਖਤ ਲੱਗੇ ਉਹ ਡਿੱਗਣੇ ਆ ਸਪੋਰ ਜਾਂ ਕੁਛ ਵੀ ਆ, ਕੀੜੇ ਆਟੋਮੈਟਿਕਲੀ ਹੋਣੇ, ਉਹ ਦੇਣੇ ਹੀ ਪੈਂਦੇ ਆ, ਉਹ ਦੇਣੇ ਪੈਂਦੇ, ਉਹ ਹਫ਼ਤੇ ਦੇ ਵਿੱਚ ਹੀ ਆਪਾਂ ਦੇ ਦਈਏ, ਫਿਰ ਜਿਹੜੀ ਬਾਅਦ 'ਚ ਪ੍ਰੋਬਲਮ ਆਉਣੀ ਆ ਆਪਾਂ ਨੂੰ ਉਹ ਨਹੀਂ ਆਉਂਦੀ, ਨਹੀਂ ਆਉਂਦੀ। ਹਾਂ, ਵੈਸੇ ਤਾਂ ਲਾਰਜ ਐਨੀਮਲ ਨੂੰ ਵੀ ਹਰ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਡਿਵਾਰਮ ਕਰਨਾ ਚਾਹੀਦਾ। ਉਹਦਾ ਫਾਇਦਾ ਲਾਰਜ ਐਨੀਮਲ 'ਚ ਕੀ ਆ ਵੀ ਉਹਦੀ ਦੁੱਧ ਦੀ ਪ੍ਰੋਡਕਸ਼ਨ ਨਹੀਂ ਘੱਟਦੀ। ਅੱਛਾ, ਅੰਦਰਲੇ ਜਿਹੜੇ ਕੀੜੇ ਹੀ ਉਹਦਾ ਖੂਨ ਪੀ ਗਏ
ਤੇ ਉਹਦੀ ਬਾਡੀ ਵੀ ਡਾਊਨ ਜਾਊਗੀ, ਦੁੱਧ ਦੀ ਪ੍ਰੋਡਕਸ਼ਨ ਵੀ ਘਟੂਗੀ, ਉਹ ਸਾਰਾ ਜ਼ੋਰ ਮੇਨਟੇਨ ਹਾਂ ਤੰਦਰੁਸਤ। ਜਿਹੜੇ ਜ਼ਿਆਦਾਤਰ ਜਿੱਦਾਂ ਹੁਣ ਤੁਸੀਂ ਹੈਗੇ ਆ ਜਿਹੜੇ ਡੇਅਰੀ ਫਾਰਮਰ ਨੇ, ਤੁਸੀਂ ਲਾਰਜ ਸਕੇਲ 'ਤੇ ਵੀ ਕਰਦੇ ਆ, ਤੁਹਾਡੇ ਕੋਲ ਇੱਦਾਂ ਹੁੰਦਾ ਨਾ ਕਿ ਤੁਸੀਂ ਤਾਂ ਕਰ ਲੈਂਦੇ ਹੋਵੋਗੇ, ਪਰ ਜਿਹੜਾ ਕੋਲ ਇੱਕ ਇੱਕ ਦੋ ਦੋ ਪਸ਼ੂ ਆ ਘਰੇਲੂ ਰੱਖੇ ਹੋਏ ਨੇ, ਕਈ ਵਾਰੀ ਉਹ ਮੈਨੂੰ ਲੱਗਦਾ ਅਣਗਹਿਲੀ ਕਰ ਜਾਂਦੇ। ਹਾਂ, ਨਹੀਂ ਇੱਕ ਗੋਲੀ ਦੇਣੀ ਹੁੰਦੀ ਆ। ਅੱਛਾ ਜੀ, ਕੋਈ ਐਡੀ ਮਹਿੰਗੀ ਨਹੀਂ ਮੈਡੀਸਨ ਇਹ, ਚਾਹੇ ਸਰਕਾਰੀ ਹਸਪਤਾਲ ਚਲਿਆ, ਹਾਂ ਘੋਲ ਹੀ ਆ, ਸਰਕਾਰੀ ਹਸਪਤਾਲ 'ਚੋਂ ਜਾ ਕੇ ਲਿਆਓ ਜਾਂ ਇਹਦੇ ਬਾਰੇ ਪਤਾ ਨਹੀਂ, ਪਤਾ ਨਹੀਂ। ਅੱਛਾ ਜੀ, ਕਿਉਂਕਿ ਉਹ ਬਾਅਦ 'ਚ ਦਿੰਦੇ, ਹੁਣ ਡਾਕਟਰ ਸਾਹਿਬ ਬਹਿ ਗਿਆ ਵੀ ਹੁਣ ਕੀ ਕਰੀਏ, ਹੁਣ ਬਹਿ ਗਿਆ ਜੇ ਤੁਸੀਂ, ਹਾਂ ਰਹਿ ਗਿਆ, ਫਿਰ ਉਹ ਆਪਾਂ ਪਹਿਲਾਂ ਹੀ ਹਫ਼ਤੇ 'ਚ ਦੇ ਦਈਏ ਅਤੇ ਅਸੀਂ ਬੇਫਿਕਰ ਹੋ ਕੇ ਰਹਿ ਸਕਦੇ ਹਾਂ, ਕਿ ਇਹ ਬੇਸਿਕ ਚਾਰ ਚੀਜ਼ਾਂ ਜਿਹੜੀਆਂ ਨੇ ਕੱਟੂਆਂ ਅਤੇ ਬੱਛੂਆਂ ਨੂੰ ਸਰਦੀਆਂ 'ਚ ਬੇਸਿਕ ਜ਼ਰੂਰੀ ਹੈ, ਹਾਂ ਦੋਨੋਂ ਇਹ ਕੱਟੂਆਂ ਲਈ ਬਹੁਤ ਜ਼ਰੂਰੀ ਹੈ। ਸਰਦੀਆਂ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਜੀ, ਇੱਕ ਹੋਰ ਸਮੱਸਿਆ ਜਿਹੜੀ ਆਉਂਦੀ ਆ ਜਿਹਦੇ ਬਾਰੇ ਆਪਾਂ ਗੱਲ ਕਰਨੀ ਸੀ, ਵੀ ਪਸ਼ੂ ਬਹਿ ਜਾਂਦਾ, ਖਾਸ ਤੌਰ 'ਤੇ ਕੱਟੂ ਬੱਛੂ ਅਤੇ ਵੱਡੇ ਵੀ ਬਹਿ ਜਾਂਦੇ ਨੇ, ਅਤੇ ਮੰਨ ਲਓ ਜਿੱਦਾਂ ਤੁਸੀਂ ਕਹਿੰਦੇ ਵੀ ਆਹ ਚੀਜ਼ਾਂ ਦਾ ਧਿਆਨ ਰੱਖੋ ਅਤੇ ਬਹਿਣਗੇ ਵੀ ਨਹੀਂ, ਠੀਕ ਆ ਬਹਿਣਗੇ ਵੀ ਨਹੀਂ, ਪਰ ਮੰਨ ਲਓ ਜੇ ਫਿਰ ਵੀ ਬਹਿ ਗਿਆ, ਹੁਣ ਬੈਠੇ ਪਸ਼ੂ ਦਾ ਕੀ ਕਰੀਏ? ਦੇਖੋ ਉਹਦੇ ਆਪਾਂ ਜੇ ਅਣਗਹਿਲੀ ਕੀਤੀ ਅਤੇ ਉਹ ਬਹਿ ਗਿਆ, ਚਲੋ ਉਸ ਤੋਂ ਆਪਾਂ ਕੀ ਆ, ਇੱਕ ਤਾਂ ਉਹਦਾ ਜਿਹੜਾ ਦੁੱਧ ਆਪਾਂ ਦਿੰਦੇ ਨਾ ਮਹੀਨਾ ਦਾ ਉਹਨੂੰ ਪ੍ਰੋਪਰ ਦੇਣਾ ਚਾਹੀਦਾ ਤਾਂ ਕਿ ਉਹ ਆਪਣੀ ਬੋਡੀ ਆਪ ਚੁੱਕੇ, ਫਿਰ ਤਾਂ ਆਪਾਂ ਦਵਾਈਆਂ ਹੀ ਆ ਨਾ, ਫਿਰ ਅਸੀਂ ਦਵਾਈਆਂ ਫੀਡ ਸਪਲੀਮੈਂਟ ਜ਼ਰੂਰ ਦਿਓ, ਲੇਕਿਨ ਫਿਰ ਆਪਾਂ ਦਵਾਈਆਂ ਨਾ ਖੜੇ, ਉਹਦੀਆਂ ਬਹੁਤ ਦਵਾਈਆਂ, ਫਿਰ ਜੇ ਦੇਖੋ ਜੇ ਡੀਵਾਰਮਿੰਗ ਨਹੀਂ ਕੀਤੀ ਉਹ ਕਰ ਦਿਓ, ਫੀਡ ਸਪਲੀਮੈਂਟ ਦੇ ਦਿਓ, ਦੁੱਧ ਦੀ ਕੁਆਂਟਿਟੀ ਥੋੜ੍ਹੀ ਵਧਾ ਦਿਓ ਤਾਂ ਕਿ ਉਹਦੇ 'ਚ ਐਨਰਜੀ ਆਵੇ, ਬਾਕੀ ਅਗਰ ਕੋਈ ਟੈਂਪਰੇਚਰ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਉਹ ਫਿਰ ਨੇੜੇ ਦੇ ਹਸਪਤਾਲ ਨਾਲ ਡਾਕਟਰ ਨੂੰ ਦਿਖਾ ਕੇ ਉਹਦਾ ਟ੍ਰੀਟਮੈਂਟ ਕਰਾਓ। ਦੂਸਰਾ ਪੁਆਇੰਟ ਆ ਜਾਂਦਾ ਤੁਸੀਂ, ਇਹ ਤਾਂ ਕੱਟੂ ਬੱਛੂ ਹੋ ਗਿਆ, ਸੂਣ ਤੋਂ ਬਾਅਦ ਹੀ 3 ਦਿਨਾਂ ਤੱਕ ਵੱਡੇ ਡੰਗਰ ਵੀ ਬਹਿ ਜਾਂਦੇ, ਮੱਝਾਂ ਗਾਵਾਂ ਵੀ ਬਹਿ ਜਾਂਦੀਆਂ, ਉਹ ਕਿਉਂ? ਉਹ ਹੁੰਦਾ ਸੂਤਕੀ ਬੁਖਾਰ। ਅੱਛਾ, ਉਹ ਪਹਿਲੇ ਸਮਝ ਲਓ ਵੀ 72 hours 48 ਤੋਂ 72 ਜਾਂ 3 ਕੁ ਦਿਨ ਹੀ ਅਪਰੋਕਸੀਮੇਟਲੀ ਲਾ ਲਓ, ਇਹ ਇਹਦੇ ਵਿੱਚ ਵਿੱਚ ਹੀ ਹੋਣਾ, ਜਾਣੀ ਸੂਣ ਦਿਓ ਅਗਲੇ ਜਿਹੜੇ 72 ਘੰਟੇ ਆ ਉਹ ਬਹੁਤ ਕਰੂਸ਼ੀਅਲ, ਇਹਦਾ ਮਤਲਬ ਉਹ ਬਹੁਤ ਜ਼ਰੂਰੀ ਆ ਜ਼ਿਆਦਾ ਮਸਲੇ ਉਹਦੇ 'ਚ, ਕਿਉਂਕਿ ਇਮੀਡੀਏਟ ਆਪਾਂ ਦੁੱਧ ਵਿਦਡਰਾ ਕਰਦੇ ਹਾਂ, ਬੱਚਾ ਵੀ ਪੀਂਦਾ, ਬੱਚੇ ਨੂੰ ਬਣਨ ਦੇ ਵਿੱਚ ਤੁਸੀਂ ਦੇਖ ਲਓ ਜੇ 40 ਜਾਂ 45 ਕਿਲੋ ਦਾ ਵੇਟ ਹੁੰਦਾ, ਉਹਦੀ ਜਿੰਨੀ ਬਾਡੀ ਦੇ ਵਿੱਚ ਕੈਲਸ਼ੀਅਮ ਆ, ਮੈਗਨੀਸ਼ੀਅਮ ਆ, ਫਾਸਫੋਰਸ ਆ, ਜੋ ਜ਼ਰੂਰੀ ਤੱਤ ਆ, ਉਹਦੀਆਂ ਹੱਡੀਆਂ ਬਣਾਉਣ 'ਚ ਲੱਗ ਜਾਂਦੇ ਆ, ਉਹਦੀ ਬਾਡੀ ਬਣਾਉਣ 'ਚ ਲੱਗ ਜਾਂਦੇ, ਅਤੇ ਉਹਦੀ ਕਮੀ ਉਹਦੇ 'ਚ ਆ ਜਾਂਦੀ ਆ। ਉਹ ਸੂਣ ਤੋਂ ਬਾਅਦ ਜਦੋਂ ਦੁੱਧ, ਪਹਿਲਾਂ ਤਾਂ ਹੁਣ ਚਲੋ ਮਹੀਨਾ ਤਾਂ ਵੈਸੇ ਤਾਂ ਪ੍ਰੈਕਟੀਕਲੀ ਅਸੀਂ ਇਹ ਕਹਿੰਦੇ ਵੀ 2 ਮਹੀਨੇ ਪਹਿਲਾਂ ਦੁੱਧ ਤੋਂ ਛੱਡੋ, ਕਿਉਂਕਿ ਜਿਹੜੀਆਂ ਉਹਦੀ ਬਾਡੀ ਬਣਨੀਆਂ, ਹੱਡੀਆਂ ਬਣਨੀਆਂ, ਉਹਦੀ ਜਿਹੜੀ ਜ਼ਰੂਰੀ ਤੱਤ ਉਹਦੇ ਸਰੀਰ 'ਚ ਆ, ਉਹ ਬੱਚੇ 'ਚ ਜਾਣ ਅਤੇ ਉਹਦੇ ਵਿੱਚ ਵੀ ਰਹਿਣ, ਬਾਈ ਚਾਂਸ ਕੋਈ ਨਹੀਂ ਛੱਡਦੇ ਜਾਂ ਮਹੀਨੇ ਤੱਕ ਐਂਡ ਤੱਕ ਪੀਂਦੇ ਆ, ਜਦੋਂ ਹੁਣ ਉਹ ਦੁੱਧ ਦਿੰਦੀ ਹੈ ਤੱਤ ਨਿਕਲਦੇ, ਦੇਖੋ ਬੋਲੀ 'ਚ ਮੈਕਸੀਮਮ ਤੱਤ ਨਿਕਲ ਜਾਂਦੇ ਉਹਦੇ, ਜਿਹੜੇ ਇਸੈਂਸ਼ੀਅਲ ਕੰਸਨਟ੍ਰੇਟਡ ਹੁੰਦਾ ਨਾ ਜਾਨਵਰ ਲਈ ਦੁੱਧ, ਬੋਲੀ ਦਾ ਜ਼ਿਆਦਾ ਇੰਪੋਰਟੈਂਟ ਤਾਂ ਹੀ ਮੰਨਿਆ ਗਿਆ, ਉਹ ਜਦੋਂ ਕੈਲਸ਼ੀਅਮ ਘੱਟ ਜਾਣਾ ਬੋਡੀ 'ਚ, ਫਾਸਫੋਰਸ ਘੱਟ ਜਾਣੀ, ਉਹਨੇ ਬਹਿ ਜਾਣਾ, ਉਹਦੇ ਲਈ ਫਿਰ ਇਮੀਡੀਏਟ ਇਲਾਜ ਤਾਂ ਇਹੀ ਹੁੰਦਾ ਵੀ ਉਹਨੂੰ ਸੂਤਕੀ ਬੁਖਾਰ ਆ, ਉਹਦੇ 'ਚ ਸਿਮਟਮ ਕੀ ਆਉਂਦੇ, ਡੰਗਰ ਜਿੱਦਾਂ ਕਹਿ ਲਓ ਸੁਸਤ ਹੋ ਜਾਂਦਾ, ਸਰੀਰ ਉਹਦਾ ਠੰਡਾ ਪੈ ਜਾਂਦਾ, ਉਹ ਇੱਕ ਪਾਸੇ ਧੋਣ ਮੋੜ ਕੇ ਬੈਠਾ ਰਹਿੰਦਾ, ਤੁਸੀਂ ਉਠਾਓ ਉੱਠਣਾ ਨਹੀਂ, ਉਹਨੇ ਬਿਲਕੁਲ ਲਿਥਾ, ਜੇ ਪੂਛ ਚੁੱਕ, ਉਹਦਾ ਲਿਟਮਸ ਟੈਸਟ ਵੀ ਕੀਆ, ਤੁਸੀਂ ਪੂਛ ਚੁੱਕੋਗੇ ਛੋਟੇ ਤੋਂ ਪੂਛ ਡਿੱਗ ਪੈਣੀ, ਉਹ ਆਪਣੀ ਪੂਛ ਨੂੰ ਵੀ ਨਹੀਂ ਹਿਲਾ ਸਕਦਾ। ਅੱਛਾ ਜੀ, ਬਰਥ ਦੇਣ ਲਈ ਮੱਝ ਦੀ ਐਨਰਜੀ ਵੀ ਬਹੁਤ ਹੁੰਦੀ ਆ। ਬਿਲਕੁਲ, ਇਹ ਭਾਜੀ ਇਹ ਵੀ ਆ ਕਿ ਆਪਣੇ ਵੀ ਡੇਅਰੀ ਫਾਰਮਰਾਂ ਦੇ ਤੌਰ 'ਤੇ ਤੁਹਾਨੂੰ ਲੱਗਦਾ ਵੀ ਮਤਲਬ ਡੇਅਰੀ ਫਾਰਮਰ ਲਈ ਇਹ
ਪੋਸੀਬਲ ਹੈਗਾ ਵੀ ਉਹ 2 ਮਹੀਨੇ ਪਹਿਲਾਂ ਛੱਡ ਦੇਵੇ ਚੋਣਾ ਪਸ਼ੂ? ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ ਜੀ, ਛੱਡਣਾ ਚਾਹੀਦਾ, ਚਾਹੀਦਾ ਛੱਡਣਾ। ਹਾਂਜੀ, ਇੱਕ ਆਪਾਂ ਨੂੰ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ, ਬਣਦੀ ਵੀ ਆ। ਜਿਹੜਾ ਫੱਟੂ ਨੂੰ ਦੁੱਧ ਛੱਡਣਾ ਜਿੱਦਾਂ ਭਾਜੀ ਉਹਨਾਂ ਨੇ ਕਿਹਾ, ਉਹ ਵੀ ਜ਼ਿਆਦਾ ਜ਼ਰੂਰੀ ਆ। ਜੇ ਹੁਣ ਖਾਣ ਨੂੰ ਇਹਨਾਂ ਦੇਵਾਂਗੇ, ਉਹਦੀ ਖੁਰਾਕ ਤਾਂ ਹੋਈ ਆ। ਇਹ ਡਾਕਟਰ ਦੇ ਲੈਵਲ 'ਤੇ ਤਾਂ ਅਸੀਂ ਇਹ ਕਹਿ ਸਕਦੇ ਹਾਂ, ਉਹਨਾਂ ਨੂੰ 2 ਮਹੀਨੇ ਪਹਿਲਾਂ ਜੇ ਤੁਸੀਂ ਛੱਡੋ, ਜੇ ਤੁਹਾਨੂੰ 2 ਚੀਜ਼ਾਂ ਆ ਜਾਂਦੀਆਂ ਇਹਦੇ 'ਚ, ਕਈ ਵਾਰੀ ਡੰਗਰ ਦਾ ਦੁੱਧ ਹੀ ਇੰਨਾ ਜ਼ਿਆਦਾ ਹੁੰਦਾ, ਛੱਡੀ ਜਾਓ ਉਹਦਾ ਦੁੱਧ ਚੋਂਦਾ ਰਹਿੰਦਾ, ਫਿਰ ਉਹਨੂੰ ਕੀ ਕੀਤਾ ਕੱਢਣਾ ਪੈਂਦਾ। ਹਾਂ, ਸਪੈਸ਼ਲੀ ਗਾਈਆਂ ਦਾ, ਮੱਝਾਂ 'ਚ ਨਹੀਂ ਹੁੰਦਾ। ਚਲੋ, ਉਹਦੇ ਲਈ ਵੀ ਆਪਾਂ ਫੀਡ ਸਪਲੀਮੈਂਟ ਹੈਗੇ ਆ, ਕੈਲਸ਼ੀਅਮ ਦੇਈਏ ਉਹਨਾਂ ਨੂੰ, ਹੋਰ ਤਾਕਤ ਦੀਆਂ ਚੀਜ਼ਾਂ ਹੈਗੀਆਂ। ਵੈਸੇ ਤਾਂ ਅੱਗੇ ਤਾਂ ਦੇਖੋ ਗੁੜ 4 ਦੇ ਸੀਗੇ ਹੀ ਸੀਗੇ, ਹੁਣ ਤਾਂ ਵੈਸੇ ਮੈਂ ਦੇਖਿਆ ਵੀ ਸਿਰ ਸੂਨ ਦੇ ਲਾਗੇ 2 ਪੇਸੀਆਂ ਦਿੰਦੇ, ਪਹਿਲਾਂ ਅਦਰਵਾਈਜ਼ ਕੋਈ ਦਿੰਦਾ ਹੀ ਨਹੀਂ। ਇੰਸਟੈਂਟ ਐਨਰਜੀ ਹੈ, ਕਿਉਂਕਿ ਇੰਸਟੈਂਟ ਐਨਰਜੀ ਗੁੜ, ਜਿੱਦਾਂ ਆਪਾਂ ਗਲੂਕੋਸ ਦੇ 2 ਚਮਚ ਨਹੀਂ ਚਾਰ ਲੈਂਦੇ ਐਮਰਜੈਂਸੀ, ਇਹ ਗੁੜ ਜਿਹੜਾ ਗੁੜ ਇਹੀ ਕੰਮ ਕਰਦਾ। ਹੁਣ ਕੀ ਕਰਦੇ ਤੁਸੀਂ, ਜਨਰਲੀ ਇੱਕ ਰਿਵਾਇਤ ਆ ਵੀ ਜਦੋਂ ਗਾਂ ਸੂਈ ਮੱਝ, ਉਦੋਂ ਉਹਨੂੰ 4 ਪੇਸੀਆਂ ਦੇ ਦੇਣੀਆਂ, ਉਸ ਤੋਂ ਬਾਅਦ ਛੁੱਟੀ ਆ। ਸੋ ਇਸ ਕਰਕੇ ਇਹ ਕੋਸ਼ਿਸ਼ ਆ, ਨਹੀਂ ਤਾਂ ਕੈਲਸ਼ੀਅਮ ਅੱਜ ਕੱਲ੍ਹ, ਹੁਣ ਚਲੋ ਮੈਡੀਸਨ 'ਚ ਦਵਾਈਆਂ ਬਹੁਤ ਆ, ਹੁਣ ਕੈਲਸ਼ੀਅਮ ਬਣੇ ਬਣਾਈਆਂ ਆਉਂਦੀਆਂ ਵੇ, ਪ੍ਰੀ ਸੂਨ ਤੋਂ ਪਹਿਲਾਂ ਜਿਹੜੀ ਦੇਣੀ ਆ ਆਪਾਂ ਮੈਡੀਸਨ ਇਹਦੇ ਵੀ ਬੱਚੇ ਲਈ ਬਣੇ ਮਾਂ ਲਈ, ਉਹ ਅਲੱਗ ਆਉਂਦੀਆਂ, ਪੋਸਟ ਸੂਨ ਤੋਂ ਬਾਅਦ ਦੀ ਕੈਲਸ਼ੀਅਮ ਅਲੱਗ ਆਉਂਦੀ ਆ। ਕਈ ਕੰਪਨੀਆਂ ਦੀ ਆਉਂਦੀਆਂ ਜਿਹਨੂੰ ਅਸੀਂ ਪ੍ਰੀ ਐਂਡ ਪੋਸਟ ਵੰਡ ਲੈਂਦੇ ਹਾਂ, ਵੀ ਸੂਨ ਤੋਂ ਪਹਿਲਾਂ ਮਹੀਨਾ ਆ ਦਿਓ, ਸੂਨ ਤੋਂ ਬਾਅਦ ਤੁਸੀਂ ਆ ਦਿਓ। ਜਿਹੜੀ ਹੈ ਨਾ ਗੱਲ ਭਾਜੀ ਹੁਣੀ ਕਰਦੇ ਆ ਕੈਲਸ਼ੀਅਮ ਦੀ, ਅਸੀਂ ਹਰਿਆਣੇ ਤੋਂ 1,20,000 ਦੀ ਆਪਣੇ ਮੱਝ ਇੱਥੇ ਖੜੀ ਆ, ਉਹ ਲਿਆਂਦੀ ਅਤੇ ਖੂਹ ਤੋਂ ਅਸੀਂ ਪਿੰਡੋਂ ਜਦੋਂ ਆਏ ਅਤੇ ਮੱਝ ਤੜਫੇ ਲੰਮੀ ਪਈ ਵੀ ਜਦੋਂ ਇਹਨੇ ਵੱਜਣਾ ਨਹੀਂ। ਹਾਂਜੀ, ਇੱਦਾਂ ਹੀ। ਅਤੇ ਉਹ ਭਾਜੀ ਹੁਣਾਂ ਨੇ ਇਹਨਾਂ ਨੂੰ ਜੱਕੀਤਾ ਜਾਂ ਕਿਸੇ ਵੀ ਡਾਕਟਰ ਨੂੰ ਫੋਨ ਕੀਤਾ ਅਤੇ ਉਹ ਰਾਈਟ ਵੇ ਕੈਲਸ਼ੀਅਮ ਲਾਤੀ, ਉਸ ਵੇਲੇ ਖੜੀ ਮੱਝ ਉਦੋਂ ਖੜੀ ਹੋ ਗਈ, ਇਮੀਡੀਏਟ ਹੋ ਜਾਂਦੀ। ਹਾਂ, ਯਾਨੀ ਕਿ ਇੰਨੀ ਕਮਜ਼ੋਰੀ ਕਰ ਦਿੰਦਾ, ਅਗਰ ਤੁਸੀਂ ਜਿੱਦਾਂ ਰਾਤ ਨੂੰ ਲੰਮੀ ਪੈ ਗਈ ਕਿਸੇ ਨੇ ਨਹੀਂ ਦੇਖੀ ਅਤੇ ਸਵੇਰੇ ਹੋ ਗਏ, ਫਿਰ ਕੰਮ ਹੀ ਹੋ ਜਾਂਦਾ, ਬਹੁਤ ਛੇਤੀ ਹੁੰਦਾ। ਇਹ ਇੰਨੀ ਕਮਜ਼ੋਰੀ ਕਰ ਦਿੰਦੀ ਹੈ ਨਾ, ਅਤੇ ਇਸ ਕਰਕੇ ਜਿਹੜੇ ਸਪਲੀਮੈਂਟਸ ਵੀ ਆ ਨਾ, ਜਿੱਦਾਂ ਕੈਲਸ਼ੀਅਮ ਵਗੈਰਾ, ਇਹ ਆਪਾਂ ਨੂੰ ਦਿੰਦੇ। ਵੈਸੇ ਲੋਕ ਮਿਨਰਲ ਮਿਕਸਚਰ ਫੀਡ 'ਚ ਪਾਉਂਦੇ ਆ ਜਿਹੜੀ ਆਪਣੀ ਬਣਾਉਂਦੇ ਆ, ਪਰ ਉਹ ਮੈਂ 2 ਕਿਲੋ ਰਿਕਮੈਂਡ ਕਰਦੇ ਆ 1 ਕੁਇੰਟਲ ਲਈ। ਪਰ ਅਗਰ ਜਦੋਂ ਸੂਨ ਦੇ ਆਪਾਂ ਜਦੋਂ ਦੁੱਧ ਛੱਡਦੇ ਉਹ ਤੋਂ ਪਹਿਲਾਂ ਅਗਰ ਕੈਲਸ਼ੀਅਮ ਦੇ ਦਈਏ ਨਾ, ਉਹ ਜ਼ਿਆਦਾ ਵਧੀਆ। ਕਿਉਂ ਵਧੀਆ? ਕਿਉਂਕਿ ਉਹ ਬੋਨ ਇਨਫੈਕਚਰ ਹੁੰਦੀਆਂ ਬੱਚੇ ਦੀਆਂ, ਜਦੋਂ ਹੱਡੀਆਂ ਬੰਨੀਆਂ ਉਹਨੇ ਸਾਰੀ ਬੋਡੀ 'ਚੋਂ ਕੈਲਸ਼ੀਅਮ ਤਾਂ ਲੈਣਾ ਹੀ ਆ। ਜੇ ਅਸੀਂ ਸਪਲੀਮੈਂਟ ਦਾਂਗੇ ਤਾਂ ਦੋਨੋਂ ਮਾਂ ਪੁੱਤ ਦੋਨਾਂ ਦਾ ਫਾਇਦਾ, ਜਿਹੜਾ ਬੱਚਾ ਉਹਦਾ ਵੀ ਫਾਇਦਾ, ਮਾਂ ਦਾ ਵੀ ਫਾਇਦਾ। ਨਾ ਉਹਦੀ ਬੋਡੀ ਵੀਕ ਹੋਊ, ਨਾ ਬੱਚਾ ਜਨਮ ਲੈ ਪ੍ਰੋਬਲਮ ਹੋਊ, ਫਿਰ ਉਹਦੇ ਨਾਲ ਫਾਇਦਾ ਵੀ ਕੀ ਆ, ਬਾਅਦ 'ਚ ਸੂ ਕੇ ਜੇਰ ਵੀ ਸਹੀ ਪੈ ਜਾਂਦੀ ਆ, ਸਭ ਕੁਛ ਸਹੀ ਹੁੰਦਾ, ਇਹ ਫਾਇਦਾ, ਇਹ ਜ਼ਰੂਰ ਦੇ ਦੇਣਾ ਚਾਹੀਦਾ। ਸਹੀ ਹੈ ਜੀ। ਜਿਹੜਾ ਪਸ਼ੂ ਜਦੋਂ ਵਰਤ ਜਾਂਦਾ ਜੀ, ਉਦੋਂ ਜਿਹੜੀਆਂ ਭਾਜੀ ਉਹਨਾਂ ਨੇ ਚੀਜ਼ਾਂ ਦੱਸੀਆਂ ਹੈ ਨਾ, ਉਹਦੀ ਹਰੇਕ ਨੂੰ ਨੌਲੇਜ ਹੋਣੀ, ਪਤਾ ਵੀ ਆ ਆਮ ਲੋਕਾਂ ਨੂੰ, ਪਰ ਆਪਣੀ ਨੌਲੇਜ 'ਚ ਵਾਧਾ ਕਰਨਾ ਜ਼ਰੂਰੀ ਆ, ਨਹੀਂ ਤਾਂ ਤੁਸੀਂ ਆਪਣੇ ਪਸ਼ੂ ਨੂੰ ਖਰਾਬ ਕਰ ਦਿੰਦੇ। ਇਸ ਵੇਲੇ ਹਾਲਾਤ ਇਹ ਆ ਜੀ, ਜਿਹਦੇ ਕੋਲ 5-6 ਪਸ਼ੂ ਆ, ਚਾਹੇ 10 ਪਸ਼ੂ ਆ, ਚਾਹੇ ਵੱਧ ਪਸ਼ੂ ਆ, ਬੰਦੇ ਇੱਥੇ ਹੱਥ ਖੜੇ ਕਰਨ ਨੂੰ ਤਿਆਰ ਆ। 30-32 ਰੁਪਏ ਕਿਲੋ ਤਾਂ ਕਣਕ ਹੀ ਆ, ਹੋਰ ਪੇੜਾ ਵੀ ਇੱਦਾਂ ਮਹਿੰਗਾ, ਉਹ ਆਪਣਾ ਸਾਵਾ ਸਿੱਕਾ ਵੀ ਚੱਲ ਨਹੀਂ ਰਿਹਾ। ਦੇਖੋ ਹਜੇ ਵੀ ਕਹਿੰਦੇ 70 ਰੁਪਏ, ਮੇਰੇ ਹਿਸਾਬ ਨਾਲ ਜਿਸ ਵੇਲੇ 100 ਦੇ ਗੇਟ 'ਚ ਦੁੱਧ ਦਾ ਮੁੱਲ ਮਿਲੇ ਨਾ, ਫਿਰ ਉਹ ਬੈਲੈਂਸ ਜਿਹਾ ਹੁੰਦਾ ਫਾਰਮਰ, ਹੁਣ ਬੰਦੇ ਜਿਹਨੇ ਲੈਣਾ ਉਹਨੂੰ 100 ਮਹਿੰਗਾ ਲੱਗਣਾ, ਲੇਕਿਨ ਇਹਦੇ 'ਚ ਲਾਗਤ ਮਿਹਨਤ ਦੇਖੋ। ਹੁਣ ਪਾਣੀ ਦੀ ਬੋਤਲ 30 ਰੁਪਏ ਦੀ ਮਿਲ ਜਾਂਦੀ ਹੈ ਅਤੇ ਦੁੱਧ 100 ਰੁਪਏ, ਕੋਈ ਮਾੜਾ ਤਾਂ ਨਹੀਂ, ਉਹ ਵੀ ਫਾਰਮਰ ਦਾ ਤਾਂ ਹੀ ਘਰ ਪੂਰਾ ਹੁੰਦਾ ਜਿਹਨੇ 2-6 ਥੋੜ੍ਹੇ ਡੰਗਰ ਰੱਖਣ ਵਾਲੀ ਤਾਂ ਪ੍ਰੋਬਲਮ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਗੱਲਾਂ ਬਾਤਾਂ ਚੰਗੀਆਂ ਲੱਗੀਆਂ।
ਡਾਕਟਰ ਸਾਹਿਬ ਦਾ ਇੱਕ ਨੰਬਰ ਥੱਲੇ ਡਿਸਪਲੇ ਕਰਦਾ ਸੀ ਵੀਡੀਓ ਦੇ ਵਿੱਚ। ਤੁਸੀਂ ਆਪਣੇ ਜਾਨਵਰਾਂ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਮੱਸਿਆ ਬਾਰੇ ਇਹਨਾਂ ਨਾਲ ਗੱਲ ਕਰ ਸਕਦੇ ਹਾਂ। ਇੱਕ ਗੱਲ ਮੈਂ ਇਹ ਵੀ ਦੱਸ ਦਿਆਂ ਵੀ ਤੁਸੀਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਉਹ ਨੋਟ ਕਰ ਲਿਆ ਕਰੋ ਜੀ। ਅਗਰ ਕੋਈ ਤੁਹਾਡਾ ਸਵਾਲ ਹੁੰਦਾ, ਤੁਹਾਨੂੰ ਲੱਗਦਾ ਆਹ ਸਮੱਸਿਆ ਵਟਸਐਪ ਤੇ ਭੇਜ ਸਕਦੇ ਆ, ਜਾਂ ਤੁਸੀਂ ਇਹਨਾਂ ਨੂੰ ਵਟਸਐਪ ਕਰ ਦਿਓ, ਨੰਬਰ ਨਾਲ ਥੱਲੇ ਡਿਸਪਲੇ ਕਰ ਰਿਹਾ, ਸਵਾਲ ਜਿਹੜੇ ਹੈਗੇ ਆਪਣੇ ਜਾਂ ਸਮੱਸਿਆ ਇਹਨਾਂ ਨੂੰ ਕਰ ਦਿਓ। ਬਾਕੀ ਅਗਲੀ ਵੀਡੀਓ ਲਈ ਸਾਡੇ ਲਈ ਕੋਈ ਸਵਾਲ ਹੋਣ ਵੀ ਅਗਲੀ ਵੀਡੀਓ 'ਚ ਆਹ ਸਵਾਲ ਰੱਖਿਓ, ਉਹ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਤੁਸੀਂ ਜਿਹੜਾ ਹੈ ਵਟਸਐਪ ਕਰ ਦਿਓ, ਜਿੱਦਾਂ ਤੁਹਾਡੀ ਖੁਸ਼ੀ ਹੈ। ਸੋ ਅਸੀਂ ਉਹ ਅਗਲੀ ਵੀਡੀਓ 'ਚ ਜ਼ਰੂਰ ਤੁਹਾਡੇ ਰੱਖਾਂਗੇ। ਸੋ ਡਾਕਟਰ ਸਾਹਿਬ ਬਹੁਤ ਕੀਮਤੀ ਸਮਾਂ ਦਿੱਤਾ ਅਤੇ ਕੀਮਤੀ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪਸ਼ੂ ਪਾਲਕਾਂ ਨਾਲ ਤੁਸੀਂ ਪਾਈ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਦੁੱਗਲ ਸਾਹਿਬ ਦਾ ਅਤੇ PR ਪੰਜਾਬ ਜੀ, ਬਹੁਤ ਧੰਨਵਾਦ, ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਅਸੀਂ ਬਿਨਾਂ ਮਤਲਬ ਕਹਿ ਲਓ ਵੀ ਪ੍ਰਾਇਰ ਨੋਟਿਸ ਦੇ ਆ ਗਏ, ਇਨਫੋਰਮੇਸ਼ਨ ਸਾਰਿਆਂ ਨੂੰ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ। ਸੋ ਵੀਡੀਓ ਪਸੰਦ ਆਈ ਹੋਊਗੀ ਜੀ, ਉਮੀਦ ਕਰਦੇ ਹਾਂ। ਸੋ ਇਹਨੂੰ ਅੱਗੋਂ ਲਾਈਕ ਵਾਲਾ ਬਟਨ ਦੱਬ ਕੇ ਸ਼ੇਅਰ ਜ਼ਰੂਰ ਕਰ ਲਈਓ ਡੇਅਰੀ ਫਾਰਮਰਸ ਦੇ ਨਾਲ, ਪਸ਼ੂ ਪਾਲਕਾਂ ਨਾਲ, ਪਸ਼ੂਆਂ ਨੂੰ ਪਿਆਰ ਕਰਨ ਵਾਲਿਆਂ ਨਾਲ, ਉਹਨਾਂ ਸਾਰਿਆਂ ਨੂੰ ਜ਼ਰੂਰ ਸ਼ੇਅਰ ਕਰਿਓ। ਅਤੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਅਤੇ ਹਾਂ, ਚੈਨਲ 'ਤੇ ਪਹਿਲੀ ਵਾਰੀ ਆਏ ਹੋ ਅਤੇ ਸਬਸਕ੍ਰਾਈਬ ਕਰਨਾ, ਅਤੇ ਇੰਸਟਾਗ੍ਰਾਮ ਵਗੈਰਾ 'ਤੇ ਫੋਲੋ ਕਰਨਾ, ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਨਾ ਭੁੱਲਣਾ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।